ਦੁੱਧ ਨੂੰ ਜਾਗ ਨਾ ਲਾਵਾਂ ਡੀਕਾਂ ਵੀਰ ਦੀਆਂ, ਦੁੱਧ ਨੂੰ ਜਾਗ ਨਾ ਲਾਵਾਂ ਡੀਕਾਂ ਵੀਰ ਦੀਆਂ, ਸੌਣ ਚੜੇ ਆ ਤੀਆਂ ਦੇ ਦਿਨ ਨੇੜੇ, ਭੇਜੀ ਮਾਏ ਵੱਡੇ ਵੀਰ ਨੂੰ, ਸੌਣ ਚੜੇ ਆ ਤੀਆਂ ਦੇ ਦਿਨ ਨੇੜੇ, ਭੇਜੀ ਮਾਏ ਵੱਡੇ ਵੀਰ ਨੂੰ, ਚੜਿਆਈ ਬੀਬੀਆਂ ਸੱਸ ਸੰਗੜੀ ਮੁੰਡਾ ਨਾ ਖੋਲੇ ਕੋਠੇ ਕੋਠੇ ਆ ਜਾ ਵੀਰ ਨਾ ਸੱਸ ਸੰਗੜੀ ਮੁੰਡਾ ਨਾ ਖੋਲੇ ਵੀਰ ਨੀ ਜਵਾਈ ਠਾਣੇਦਾਰ ਦਾ ਕੱਸੀ ਉੱਤੇ ਪਈਆਂ ਬੋਤਲਾਂ ਨੱਕੀਏ ਮਾਮਾ ਦੀਆਂ ਨੱਚੀਏ ਆਣੀ ਸਨੱਕੀਏ ਮਾਮਾ ਦੀਆਂ ਨੱਚੀਏ ਆਣੀ ਸਨੱਕੀਏ ਮਾਮਾ ਦੀਆਂ ਨੱਚੀਏ ਜੱਟਾਂ ਦੇ ਪੁੱਤ ਸਾਧ ਹੋ ਗਏ ਸਿਰ ਤੇ ਜੱਟਾਂ ਰਖਾਈਆਂ ਵੀ ਬਗਲੀ ਪਾ ਕੇ ਮੰਗਣ ਤੁਰ ਗਏ ਖੈਰ ਨਾ ਪਾਉਂਦੀਆਂ ਮਾਈਆਂ ਦਿਓਰਾਂ ਨੂੰ ਝਿੜਕਦੀਆਂ ਬੇਗਦਰਾਂ ਭਰਜਾਈਆਂ ਦਿਓਰਾਂ ਨੂੰ ਝਿੜਕਦੀਆਂ ਬੇਗਦਰਾਂ ਭਰਜਾਈਆਂ ਦਿਓਰਾਂ ਨੂੰ ਝਿੜਕਦੀਆਂ ਬੇਗਦਰਾਂ ਭਰਜਾਈਆਂ ਕਿਸੇ ਦੇ ਮੰਗ ਲਿਆਵਾਂਗੇ ਚਿੱਟੇ ਦੰਦ ਗੁਲਾਬੀ ਫੁੱਲ ਕਿਸੇ ਦੇ ਮੰਗ
ਨਾ ਮੰਗੇ ਨਾਨਕੀ ਘਰ ਸਿਰਦਾ ਲਿਆਉਣਾ ਇੱਥੇ ਤੂੰ ਐਵੇਂ ਨਾ ਮੰਗੇ ਨਾਨਕੀ ਸੇਵਾ ਸਿਮਰਨ ਕਰ ਲੈ ਤੂੰ ਐਵੇਂ ਨਾ ਮੰਗੇ ਨਾਨਕੀ ਰਾਮਨ ਜੈ ਕੇ ਆ ਕੇ ਤੁਰਕੇ ਕੌਣ ਦਸ ਮਹਿਲ ਬਣਾਏ ਚੰਦ ਸੂਰਜ ਕਰਦੇ ਰਸੋਈ ਪੱਖਾ ਦੀ ਪੌਣ ਚਲਾਏ ਹੁਣ ਮਹਿਲਾਂ ਦੀ ਵਿੱਚ ਕਬੂਤਰ ਕਰਦੇ ਸੀ ਐਵੇਂ ਨਾ ਬੰਦੇ ਆ ਮਾਨਿਕ ਉਹ ਚਾਰ ਦੀਰ ਦਾ ਆਉਣਾ ਇੱਥੇ ਤੂੰ ਐਵੇਂ ਨਾ ਬੰਦੇ ਆ ਕੌਣੇ ਸੀ ਚਾਲੀ ਬਦਨਾਇਆ ਦੇ ਗੋੜੇ ਉਹ ਦੋਵੇਂ ਹੱਥ ਖਾਲੀ ਦਿਖਾ ਕੇ ਉਹ ਚੜਿਆ ਮੌਤ ਦੇ ਗੋੜੇ ਉਹ ਕੌਣੇ ਸੀ ਆਹ ਚਾਲੀ ਆਹ ਗਦਨਾਇਆ ਦੇ ਗੋੜੇ ਦੋਵੇਂ ਹੱਥ ਖਾਲੀ ਦਿਖਾ ਕੇ ਉਹ ਚੜਿਆ ਮੌਤ ਦੇ ਗੋੜੇ ਉਹ ਮੁਰਦਿਆਂ ਦੇ ਮੂਲਾ ਛੱਡਦਾ ਪੈਦਾ ਹੋਲੇ ਮੁਰਦਿਆਂ ਦੇ ਐਵੇਂ ਨਾ ਬੰਦੇ ਚਾਰੀ ਦੀਨ ਦਾ ਆਉਣਾ ਇੱਥੇ ਤੂੰ ਐਵੇਂ ਨਾ ਬੰਦੇ ਮਾਰੀ ਕਰੀ ਨਾਸ ਕਰੀ ਉਹਨੇ ਦੇ ਵਿੱਚ ਆਪਣਾ ਨਾਮ ਦਿੱਤਾ ਪ੍ਰਹਲਾਦ ਸੀ ਪੁੱਤਰੀ ਉਸ ਦਾ ਜਿਸਨੇ ਰਾਮ ਦਾ ਨਾਮ ਧਿਆਇਆ ਪ੍ਰਹਲਾਦ ਕੇ ਲਈ ਹੋਣੇ ਦੇ ਵਿੱਚ ਆਪਣਾ ਨਾਮ ਧਿਆਇਆ ਪ੍ਰਹਲਾਦ ਸੀ ਪੁੱਤਰੀ ਉਸ ਦਾ ਜਿਸਨੇ ਰਾਮ ਦਾ ਨਾਮ ਧਿਆਇਆ ਉਹ ਕਹਿੰਦਾ ਰਾਮ ਤੋਂ ਵੱਡਾ ਹੀ ਪਿਤਾ ਜੀ ਤੂੰ ਐਵੇਂ ਰਾਮ ਦਾ ਮਾਨ ਥੰਮਾਂ ਨੂੰ ਪਾਲੇ ਜਫਾ ਉਹ ਦੇਖੀ ਤੇਰਾ ਹੋ ਦੁਰਾਮ ਚਾਏ ਰਾਸ ਕਿਨੇ ਕ੍ਰੋਧ ਵਿੱਚ ਆ ਕੇ ਥੰਮ ਚੁਪਾਏ ਉਹ ਕੱਟਿਆ ਸਮਾਂ ਪਾਇਆ ਜੱਫਾ ਦੇਖੂ ਤੇਰਾ ਹੋ ਪ੍ਰਹਲਾਦ ਨੇ ਪਾਇਆ ਜੱਫਾ ਉਹ ਪ੍ਰਹਲਾਦ ਨੇ ਪਾਇਆ ਜੱਫਾ ਹਮ ਛੰਡੇ ਹੁੰਦੇ ਉਹ ਕਰਦੇ ਸੀ ਤੂੰ ਤੂੰ ਐਵੇਂ ਉਹ ਚਾਰ ਪੀਂਦਾ ਉਹ ਜਿਉਣਾ ਇੱਥੇ ਤੂੰ ਐਵੇਂ ਚਾਰ ਕੌਲੇ ਨੇ ਉਹ ਸੱਚ ਹੈ ਕਹਿਆ ਜਨਮ ਲੈ ਕੇ ਦੱਸੋ ਇੱਥੇ ਕਿਹੜਾ ਹੈ ਰਹਿਆ ਉਹ ਚਾਰ ਕੌਲੇ ਨੇ ਉਹ ਸੱਚ ਹੈ ਕਹਿਆ ਉਹ ਜਨਮ ਲੈ ਕੇ ਦੱਸੋ ਇੱਥੇ ਕਿਹੜਾ ਰਹਿਆ ਉਹ ਮਰਨਾ ਸੱਚ ਜਾਣਾ ਤੂੰ ਨਾ ਰਹਿਣਾ ਮੈਂ ਨਾ ਰਹਿਣਾ ਤੂੰ ਐਵੇਂ ਨਾ ਬੰਦੇ ਮਾਰੀ
ਆਉਂਦੀ ਆਣਾ ਇੱਥੇ ਤੂੰ ਰਾਵਣ ਦੇ ਮਾਨਿਕ ਸੇਵਾ ਸਿਮਰਨ ਕਰ ਲੈ ਤੂੰ ਐਵੇਂ ਰਾਵਣ ਦੇ ਮਾਨਿਕ ਐਵੇਂ ਰਾਵਣ ਦੇ ਮਾਨਿਕ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜਿਨ੍ਹਾਂ ਨੇ ਵੀ ਸਹਿਯੋਗ ਕਰਿਆ ਸਾਰੇ ਹੀ ਮੇਰੇ ਭਰਾਵਾਂ ਜਿੰਨੇ ਵੀ ਨਾਲ ਖੜੇ ਆ ਜਿਨ੍ਹਾਂ ਨੇ ਵੀ ਹੋਰ ਆਰਥਿਕ ਤੌਰ 'ਤੇ ਜਿਹੜੇ ਵੀ ਸਹਿਯੋਗ ਕੀਤਾ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਵੀਡੀਓ ਪਾ ਕੇ ਮਤਲਬ ਆਪਣਾ ਸ਼ੇਅਰ ਕੀਤਾ ਵੀ ਜਿਹੜਾ ਪ੍ਰੋਗਰਾਮ ਆ ਬਈ ਸਾਡੇ ਮੈਂ ਸੋਨੀ ਬਾਈ ਫੌਜੀ ਉਹ ਵੀ ਸਾਡੇ ਪਾਰਟੀ ਨੇ ਹਾਂ ਜਿਨ੍ਹਾਂ ਨੇ ਆਪਣੀ ਵੀਡੀਓ ਵੀ ਸ਼ੇਅਰ ਕੀਤੀ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਪਹਿਲੀ ਵਾਰ ਆਪਾਂ ਇੰਨਾ ਵੱਡਾ ਮੇਲਾ ਕਰਾਇਆ ਕਿ ਉਹ ਮਹਾਰਾਜ ਜੀ ਕਿਰਪਾ ਨਾਲ ਵਾਹਿਗੁਰੂ ਤੋਂ ਸ਼ੁਕਰ ਹੈ ਜੀ ਉਹ ਮਤਲਬ ਆਪਣਾ ਸਫਲ ਹੋ ਗਿਆ ਸਾਰੇ ਹੀ ਮਤਲਬ ਘਰਾਂ ਨੇ ਸਾਰੇ ਬੋਲੇ ਨੇ ਸਾਰੀਆਂ ਹੀ ਭੈਣਾਂ ਨੇ ਬਹੁਤ ਸ਼ੁਕਰ ਮਨਾਇਆ ਬਹੁਤ ਵਧੀਆ ਮੇਲਾ ਰਿਹਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਮਤਲਬ ਸਾਨੂੰ ਕਿਸੇ ਵੀ ਲੈਵਲ 'ਤੇ ਸਪੋਰਟ ਕਰਿਆ ਲੈਣਾ ਕਦੇ ਵੀ ਕੋਈ ਵੀ ਦਿੱਕਤ ਰਹਿ ਜਾਂਦੀ ਹੈ ਕੋਈ ਵੀ ਕਮੀ ਪੇਸ਼ੀ ਰਹਿ ਜਾਂਦੀ ਹੈ ਸਭ ਤੋਂ ਲਈ ਮਾਫੀ ਚਾਹੁੰਦਾ ਕਿਉਂਕਿ ਅਸੀਂ ਕਿਹੜਾ ਮੇਲੇ ਕਰਾਉਂਦੇ ਰਹਿੰਦੇ ਹਾਂ ਪਹਿਲੀ ਵਾਰ ਕਰਾਇਆ ਸੀ ਹੈਨਾ ਨਹੀਂ ਪਤਾ ਲੱਗਦਾ ਕਿ ਘਾਟ ਵੱਧ ਰਹਿ ਜਾਂਦੀ ਹੈ ਪਰ ਅਸੀਂ ਕੋਸ਼ਿਸ਼ ਕਰੀ ਹੈ ਵੀ ਵਧੀਆ ਹੋਵੇ ਚਲੋ ਫਿਰ ਵੀ ਜੇ ਕੋਈ ਘਾਟ ਵੱਧ ਰਹੇਗੀ ਤਾਂ ਉਹਦੇ ਲਈ ਫਿਰ ਮੈਂ ਜਾ ਚੁੱਕਾ ਬਹੁਤ ਬਹੁਤ ਧੰਨਵਾਦ ਫਿਰ ਤੋਂ ਕਰ ਰਹੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ